भाई सागर चिश्ती साहब ने अपनी नई जिहड़ी नातां दी डायरी ओह वी पेश कीती है, इंशाल्लाह ओहदे वी कलाम तुसीं सुणोगे। मैं इंशाल्लाह ਇਹ ਸਾਗਰ ਸਾਹਿਬ ਨਾਲ ਸਾਰੀ ਮਸ਼ਾਵਰਤ ਤੋਂ ਬਾਅਦ ਇਨਸ਼ਾਅੱਲਾ ਉਹ ਕਲਾਮ ਤੁਹਾਨੂੰ ਯੂਟਿਊਬ ਤੇ ਜ਼ਰੂਰ ਮਿਲਣਗੇ। ਆਖੋ ਸੁਭਾਨ ਅੱਲਾ ਸੁਭਾਨ ਅੱਲਾ ਕਮਲੀ ਵਾਲੇ ਦੇ ਵਾਹ ਇਸ ਵਜ੍ਹਾ ਤੋਂ ਪੜ੍ਹ ਰਿਹਾ ਇਹ ਕਲਾਮ ਮੈਨੂੰ ਬੜਾ ਚੰਗਾ ਲੱਗਦਾ ਹੈ ਸੁਭਾਨ ਅੱਲਾ ਤੇ ਜਿਨ੍ਹਾਂ ਨੇ ਲਿਖਿਆ ਉਹ ਵੀ ਸਟੇਜ ਤੇ ਬੈਠੇ ਨੇ ਭਾਈ ਸਾਗਰ ਚਿਸ਼ਤੀ ਸਾਹਿਬ ਕਮਲੀ ਵਾਲੇ ਦੇ ਹੋ ਦਰਬਾਰ ਦੀ ਗੱਲ ਕਰੀਏ ਸਾਡੀ ਸਰਕਾਰ ਦੀ ਗੱਲ ਕਰੀਏ ਸਾਰੇ ਬੋਲੋ ਬਣ ਜਾਏ ਗੱਲ ਸਾਡੀ ਸਰਕਾਰ ਦੀ ਗੱਲ ਕਰੀਏ ਸਾਰੇ ਬੋਲੋ ਬਣ ਜਾਏ ਗੱਲ ਸਾਡੀ ਸਰਕਾਰ ਦੀ ਗੱਲ ਕਰੀਏ ਰਾਤ ਮੇਰਾਜ ਵਾਲੀ ਰੱਬ ਅਰਸ਼ ਸਜਾਇਆ ਸੀ ਰਾਤ ਮੇਰਾਜ ਵਾਲੀ ਰੱਬ ਅਰਸ਼ ਸਜਾਇਆ ਸੀ ਯਾਰ ਨੂੰ ਸਦਕੇ ਤੇ ਸੁਣ ਰੱਬ ਫਰਮਾਇਆ ਸੀ ਰਾਤ ਮੇਰਾਜ ਵਾਲੀ ਰੱਬ ਅਰਸ਼ ਸਜਾਇਆ ਸੀ ਯਾਰ ਨੂੰ ਸਦਕੇ ਤੇ ਕਿ ਨੇੜੇ ਆ ਸੁਣਿਆ ਆ ਆ ਆ ਨੇੜੇ ਆ ਸੁਣਿਆ ਹੋ ਅੱਜ ਪਿਆਰ ਦੀ ਗੱਲ ਕਰੀਏ ਨੇੜੇ ਆ ਸੁਣਿਆ ਅੱਜ ਪਿਆਰ ਦੀ ਗੱਲ ਕਰੀਏ ਬਣ ਜਾਏ ਗੱਲ ਸਾਡੀ ਸਰਕਾਰ ਦੀ ਗੱਲ ਕਰੀਏ ਔਰ ਮਕਤਾ ਮਕਤਾ ਸਾਗਰ ਚਿਸ਼ਤੀ ਸਾਹਿਬ ਲਿਖਦੇ ਨੇ ਉਹਦੇ ਦਰ ਵਰਗਾ ਆਏ ਹਾਏ 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 ਇੱਥੇ ਬਣਦੀ ਹੈ ਸੁਭਾਨ ਅੱਲਾ ਸੁਭਾਨ ਅੱਲਾ ਹਾਂ ਉਹਦੇ ਦਰ ਵਰਗਾ ਨਹੀਂ ਕਿਧਰੇ ਦਰ ਕੋਈ ਉਹਦੇ ਘਰ ਵਰਗਾ ਕੋਈ ਉਹਦੇ ਦਰ ਵਰਗਾ ਨਹੀਂ ਕਿਧਰੇ ਦਰ ਕੋਈ ਉਹਦੇ ਘਰ ਵਰਗਾ ਨਹੀਂ ਕਿਧਰੇ ਘਰ ਕੋਈ ਹਾਂ ਉਹਦੇ ਦਰ ਵਰਗਾ ਨਹੀਂ ਕਿਧਰੇ ਦਰ ਕੋਈ ਉਹਦੇ ਘਰ ਵਰਗਾ ਸਾਗਰ ਚਿਸ਼ਤੀ ਉਹਦੇ ਸਾਗਰ ਚਿਸ਼ਤੀ ਉਹਦੇ ਹੋ ਕਰਬਾਰ ਦੀ ਗੱਲ ਕਰੀਏ ਸਾਗਰ ਚਿਸ਼ਤੀ ਉਹਦੇ ਹੋ ਕਰਬਾਰ ਦੀ ਗੱਲ ਕਰੀਏ